ਹਾਂਜੀ ਸਤਿ ਸ਼੍ਰੀ ਅਕਾਲ ਜੀ, JDS PB02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ। ਮੈਂ ਤੁਹਾਡਾ ਆਪਣਾ ਜਸਦੀਪ ਅੰਮ੍ਰਿਤਸਰੀਆ। ਲਓ ਵੀਰ ਜੀ, ਅੱਜ ਗੁਰਦਾਸਪੁਰ, ਠੀਕ ਹੈ ਜੀ, ਪਿੰਡ ਆਏ ਹਾਂ ਜੀ। ਗੁਰਦਾਸਪੁਰ ਦੇ ਲਾਗੇ ਫੌਜੀ ਸੋਹਲ ਸਾਹਿਬ ਆਪਣੇ ਜਤਿੰਦਰ ਸਿੰਘ ਜੀ, ਠੀਕ ਹੈ ਜੀ, ਆਓ ਲੈ ਚੱਲਦੇ ਹਾਂ ਕੋਲ ਉਹਨਾਂ ਦੇ, ਅਤੇ ਇੱਕ ਜੋੜੇ ਦਾ ਸ਼ੌਂਕ ਕਰਾਉਂਦੇ ਹਾਂ ਅਤੇ ਉਹਨਾਂ ਦੀ ਛੱਤ ਦਾ ਕਰਾਉਂਦੇ ਹਾਂ ਸ਼ੌਂਕ, ਕਿਉਂਕਿ ਸਰਪ੍ਰਾਈਜ਼ ਦਿੱਤਾ ਸੀ ਉਹਨਾਂ ਨੂੰ ਅਤੇ ਘਰ ਹੀ ਸੀ ਉਹ, ਛੁੱਟੀ ਆਏ ਸੀ। ਅਤੇ ਇੱਕ ਜੋੜੇ ਦਾ ਸ਼ੌਂਕ ਕਰਵਾਵਾਂਗੇ ਐਰਕੀ, ਅਤੇ ਜਿਹੜਾ ਕਿ ਜ਼ਿਆਦਾ ਸ਼ੌਂਕ ਤੁਹਾਨੂੰ ਨੈਕਸਟ ਵੀਡੀਓ 'ਚ ਕਰਾਵਾਂਗੇ, ਸਾਰਾ ਜਾਲ ਜੂਲ ਤੁਹਾਨੂੰ ਇਸ ਵੀਡੀਓ 'ਚ ਵਿਖਾਵਾਂਗੇ ਉਹਨਾਂ ਦਾ, ਅਤੇ ਦੋ ਚਾਰ ਗੱਲਾਂ ਕਰਾਂਗੇ ਜੀ, ਠੀਕ ਹੈ ਜੀ। ਅਗਲੀ ਵੀਡੀਓ 'ਚ ਸਾਰੇ ਫਰੈਂਡ ਸਰਕਲ ਨੂੰ ਬੁਲਾਉਣਗੇ ਉਹ ਆਪਣਿਆਂ ਨੂੰ, ਅਤੇ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਸਾਰਿਆਂ ਨਾਲ ਮੁਲਾਕਾਤ ਵੀ ਕਰਾਵਾਂਗੇ, ਠੀਕ ਹੈ ਜੀ। ਅਤੇ ਆਓ ਲੈ ਚੱਲਦੇ ਹਾਂ ਜਤਿੰਦਰ ਵੀਰ ਜੀ ਹੁਣਾਂ ਕੋ, ਠੀਕ ਹੈ ਜੀ, ਅਤੇ ਨਾਲ ਆਪਣੇ ਜਿਹੜੇ ਜਿਹੜੇ ਵੀਰ ਆਏ ਨੇ ਉਹ ਵੀ ਤੁਹਾਨੂੰ ਕਰਾਉਂਦੇ ਹਾਂ ਮੁਲਾਕਾਤ, ਆਓ ਲੈ ਚੱਲਦੇ ਹਾਂ ਜੀ। ਹਾਂਜੀ ਜੀ, ਲਓ ਆਹ ਜਾਲ ਜੇ ਵੀਰ ਜੀ ਹੁਣਾਂ ਦਾ, ਠੀਕ ਹੈ ਜੀ, ਆਹ ਖੁੱਡੇ ਪਾਏ ਜੇ ਚਾਰ ਵੀਰ ਜੀ ਹੁਣਾਂ ਨੇ, ਆਹ ਸਰਕਲ ਬਣਾਇਆ ਜੇ, ਅਤੇ ਆਹ ਵਿਊ ਜੇ ਲਾਗੇ ਛਾਗੇ ਦਾ, ਠੀਕ ਹੈ ਜੀ, ਬਿਲਕੁਲ ਮੈਦਾਨੀ ਛੱਤ ਜੇ, ਅਤੇ ਇਹ ਜਾਲ ਜੇ, ਅਤੇ ਆਓ ਆਪਾਂ ਮਲਾਈਏ ਜੀ ਸੋਹਲ ਸਾਹਿਬ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਸੋਹਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਭਾਜੀ, ਹੋਰ ਕੀ ਹਾਲ ਚਾਲ ਜੀ? ਠੀਕ ਠਾਕ ਜੀ, ਵਧੀਆ ਵਧੀਆ ਭਾਜੀ, ਚੜ੍ਹਦੀ ਠੀਕ ਠਾਕ। ਡਿਊਟੀਆਂ ਛੁੱਟੀਆਂ ਵਧੀਆ ਚੱਲੀ ਜਾਂਦੀਆਂ ਜੀ? ਡਿਊਟੀਆਂ ਛੁੱਟੀਆਂ ਵਧੀਆ ਚੱਲੀ ਜਾਂਦੀਆਂ, ਡਿਊਟੀਆਂ ਦੇ ਕਰਕੇ ਤੇ ਆ 5 ਮਹੀਨੇ ਬਾਅਦ ਆਏ ਆ ਜੀ ਸ਼ੌਂਕ ਨੂੰ। ਆ ਠੀਕ ਹੈ ਜੀ। ਹਾਂਜੀ ਲਓ ਜੀ, ਜਿੱਦਾਂ ਕਿ ਵੀਰ ਜੀ ਹੋਣਾਂ ਨੇ ਕਿਹਾ, ਠੀਕ ਹੈ ਜੀ, ਅੱਜ ਆਪਾਂ ਇੱਕ ਜੋੜੇ ਦਾ ਸ਼ੌਂਕ ਕਰਾਵਾਂਗੇ ਸਾਰੇ ਵੀਰਾਂ ਨੂੰ, ਠੀਕ ਹੈ ਜੀ। ਲਾਈਕ ਕਮੈਂਟ ਕਰਕੇ ਮੇਰੇ ਵੀਰ ਜ਼ਰੂਰ ਦੱਸਿਓ ਨੈਕਸਟ ਵੀਡੀਓ 'ਚ, ਜਿੱਦਾਂ ਕਿ ਅੱਗੇ ਵੀ ਮੈਂ ਕਿਹਾ ਵਾ, ਪਾਰਟ 2 'ਚ ਆਪਾਂ ਸਾਰੀ ਵੀਡੀਓ ਪਾਵਾਂਗੇ ਖੁੱਡਿਆਂ ਦੀ, ਪਰਿੰਦਿਆਂ ਦੀ, ਠੀਕ ਹੈ ਜੀ, ਪੰਛੀਆਂ ਦੀ ਸਾਰੀ ਵੀਡੀਓ ਬਣਾ ਕੇ ਸਾਰਿਆਂ ਦਾ ਸ਼ੌਂਕ ਕਰਾਵਾਂਗੇ। ਇਹ ਆਪਣੇ ਉਸਤਾਦ ਜੀ, ਤਾਇਆ ਉਸਤਾਦ ਜੀ, ਆਸ਼ੂ ਉਸਤਾਦ ਜੀ ਸੁਲਤਾਨਮਿੰਟ ਤੋਂ, ਸਾਰੇ ਜਾਣੇ ਜਾਣਦੇ ਹੀ ਜੀ, ਜਿੱਦਾਂ ਕਿ ਤੁਸੀਂ ਬਾਜਵਾ ਗਰੁੱਪ ਤੋਂ, ਅਤੇ ਇਹ ਆਪਣੇ ਫੌਜੀ ਸਾਹਿਬ ਲੋਕੇ ਤੋਂ, ਖਲੀਫਾ ਸਾਹਿਬ ਬਾਜਵਾ ਗਰੁੱਪ ਤੋਂ, ਠੀਕ ਹੈ ਜੀ। ਅਤੇ ਇਹ ਵੀ ਵੀਰ ਆਪਣੇ ਦਲਜੀਤ ਵੀਰ ਜੀ ਧਤਲਿਆਂ ਤੋਂ, ਠੀਕ ਹੈ ਜੀ, ਇਹ ਫੌਜੀ ਵੀਰ ਦੇ ਵੀ ਬ੍ਰਦਰ ਅਤੇ ਆਪਣੇ ਵੀ ਬ੍ਰਦਰ ਜੀ, ਇਹਨਾਂ ਦੇ ਸ਼ਾਗਿਰਦ ਵੀ ਜੇ, ਪਿਛਲੇ ਸਾਲ ਚੈਂਪੀਅਨ ਵੀ ਜੇ, ਕਾਦੀਆਂ ਹਲਕੇ 'ਚ। ਕਿਆ ਬਾਤ ਹੈ ਜੀ ਭਾਈ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਜੀ। ਲਓ ਜੀ, ਹਾਂਜੀ ਉਸਤਾਦ ਜੀ, ਇਹ ਕਰਾਉਣ ਲੱਗੇ ਆਪਾਂ ਪਰਿੰਦੇ ਦਾ ਸ਼ੌਂਕ, ਇਹ ਮਾਧੀ ਜੇ ਉਸਤਾਦ ਜੀ ਕਰਾਇਓ, ਮਾਧੀ ਮਾੜੀ ਜੀ, ਹਾਂਜੀ ਹਾਂਜੀ, ਇਹ ਮਾਧੀ ਜੇ, ਠੀਕ ਹੈ ਜੀ। ਔਰ ਅੱਜ ਤੁਹਾਨੂੰ ਤੁਹਾਡੇ ਕਹਿਣ ਤੇ ਮੈਂ ਇੱਕ ਨੌਲੇਜ ਦਿੰਨਾ, ਇਹ ਠੀਕ ਹੈ ਜੀ, ਕਿਉਂਕਿ ਅਸੀਂ ਕਦੀ ਟਿਪ ਤੇ ਦਿੱਤੀ ਨਹੀਂ। ਹਾਂਜੀ, ਇਹ ਨਰ ਜੇ ਜੀ, ਇਹ ਨਰ ਜੇ, ਇਹਦੀ ਅੱਖ ਜੀ, ਠੀਕ ਹੈ ਜੀ। ਹਾਂਜੀ ਉਸਤਾਦ ਜੀ, ਦੋ ਨੌਲੇਜ ਜੀ ਅਸੀਂ ਤੇ ਇੱਕ ਗਿਫਟ ਦੇ ਸਕਦੇ ਹਾਂ। ਅਸੀਂ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ, ਜਿੰਨੇ ਵੀ ਸਾਡੇ ਸਾਰੇ ਮਾਣਯੋਗ ਸਤਿਕਾਰਯੋਗ ਭਰਾ ਨੇ, ਠੀਕ ਹੈ ਜੀ, ਇਹ ਤੁਸੀਂ ਅੱਖ ਚੈੱਕ ਕਰ ਲਓ, ਠੀਕ ਹੈ ਜੀ, ਮਾਦੀ ਦਾ ਕਲਰ ਚੈੱਕ ਕਰ ਲਓ, ਮੱਥਾ ਚੈੱਕ ਕਰ ਲਓ, ਲੋ ਜੀ, ਅੱਖ ਦਾ ਸ਼ੌਂਕ ਕਰੋ, ਨੋਕ ਦਾ ਸ਼ੌਂਕ ਕਰੋ, ਮੱਥੇ ਦਾ ਸ਼ੌਂਕ ਕਰ ਲਓ, ਆ ਠੀਕ ਹੈ ਜੀ, ਓਕੇ ਹੋ ਗਿਆ ਜੀ। ਹਾਂਜੀ ਹਾਂਜੀ, ਜੇ ਅਗਰ ਕਿਸੇ ਵੀਰ ਨੇ ਪੁਆਇੰਟ ਬਣਾਉਣੇ ਆ ਟੈਡੀਆਂ ਵਿੱਚੋਂ, ਓਕੇ, ਜੇ ਅਗਰ ਕਿਸੇ ਨੇ ਟੈਡੀ ਪਰ ਬਣਾਉਣਾ, ਤਾਂ ਇਹ ਜੇ ਉਹ ਟੈਡੀ ਜਿਹੜੇ ਇਸ ਟਾਈਮ ਵੀ ਦੁਬਈ ਦੇ ਵਿੱਚ ਨੰਬਰ 1 ਤੇ ਪਾਸ ਹੋ ਕੇ ਚੱਲ ਰਹੇ ਨੇ, ਆ ਠੀਕ ਹੈ ਜੀ, ਠੀਕ ਹੈ, ਸਾਨੂੰ ਵੀ ਦੁਬਈ ਤੋਂ ਆਂਡੇ ਮੰਗਾਏ ਗਏ ਸੀਗੇ, ਜਿਨ੍ਹਾਂ ਵਿੱਚੋਂ ਇੱਕ ਆ ਬੱਚਾ ਬਚਿਆ ਸੀ,
ਠੀਕ ਹੈਗੇ ਜੀ। ਓਕੇ ਜੀ, ਇਹ ਚੈੱਕ ਕਰ ਲਓ ਮਾਧੀ, ਵੇਖਣ ਨੂੰ ਲੱਗਦੀ ਜੇ ਸਬਰ ਚੀਨੀ, ਪਰ ਸਬਰ ਚੀਨੀ ਨਹੀਂ ਜੇਗੀ, ਇਹ ਉਹ ਟੈਡੀਆਂ 'ਚ ਹੈਗੀ ਜੇ ਜਿਹੜੀ ਇਸ ਟਾਈਮ ਅੱਜ ਵੀ ਦੁਬਈ ਦੇ ਵਿੱਚ ਨੰਬਰ 1 'ਤੇ ਬਰੀਡ ਚੱਲ ਰਹੀ ਹੈ। ਅੱਖ ਵੀ ਤੁਸੀਂ ਵੇਖ ਲਈ ਜੇ, ਠੀਕ ਹੈ ਜੀ, ਜਿਹੜੇ ਸਲਾਰੇ ਟੈਡੀ ਕਹਿ ਦਿੰਦੇ ਨੇ। ਓਕੇ ਜੀ, ਆਹ ਵੇਖੋ ਜਿਹੜੇ ਨਵੇਂ ਖਿਡਾਰੀ, ਉਹਨਾਂ ਨੂੰ ਹਲੇ ਹਲੇ ਨੌਲੇਜ ਆਊਗੀ ਅੱਗੇ ਅੱਗੇ, ਉਹ ਆਹ ਚੀਜ਼ਾਂ ਤੋਂ ਸਿੱਖਣਗੇ ਇਹਦੇ ਵਿੱਚ ਟੈਡੀ ਪਾਰ ਵੀ ਆ ਗਿਆ ਜੀ, ਠੀਕ ਹੈ ਜੀ, ਉਡਾਰ ਕੁਆਲਿਟੀ ਪਰਵਾਜ ਸਿਆਣਫ ਇਹਦੇ ਪਰ ਬੋਲਦੇ ਪਏ ਨੇ, ਠੀਕ ਹੈ ਜੀ। ਟੈਡੀ ਜਿਹੜੇ ਚੱਲ ਰਹੇ ਆ ਨਾ, ਜਿਨ੍ਹਾਂ ਨੂੰ ਲੋਕੀ ਵੇਖ ਕੇ ਚੀਨੇ ਕਹਿ ਦਿੰਦੇ ਨੇ, ਇਹ ਜੇ ਉਹ ਬਰੀਦ ਚਿੱਟੀਆਂ ਅੱਖਾਂ ਪਲੇਨ ਅੱਖਾਂ ਕਲਸਰੇ ਤੇ ਸਾਰਿਆਂ ਨੇ ਟੈਡੀ ਬਣਾਏ ਦੇ ਨੇ, ਪਰ ਅਸਲ ਟੈਡੀ ਆ ਜੇ, ਆ ਚੈੱਕ ਕਰ ਲਓ, ਪਿੰਡ ਸੁਲਤਾਨਵਿੰਡ ਤੋਂ ਆਸ਼ੂ ਤੁਹਾਡਾ ਵੀਰ, ਠੀਕ ਹੈ ਜੀ, ਆਸ਼ੂ ਉਸਤਾਦ ਬਾਜਵਾ ਗਰੁੱਪ ਤੋਂ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਤੋਂ। ਅਤੇ ਇਹ ਚੈੱਕ ਕਰ ਲਓ ਵੀਰ ਜੀ, ਫੁੱਲ ਵਿਊ ਲੈ ਲਓ ਮਾਧੀ ਦਾ, ਅਤੇ ਗੌਰ ਕਰ ਲਓ ਜਿਹੜੇ ਜਿਹੜੇ ਵੀਰਾਂ ਕੋਲ ਵੀ ਆ ਪਰ ਪਿਆ ਹੋਇਆ ਵਾ, ਔਰ ਆ ਸ਼ੇਪ ਬਣੀ ਹੋਈ ਪਈ ਹੋਈ ਹੈ, ਉਹ ਵੀਰ ਆਪਣੇ ਆਪ ਨੂੰ ਬੜੇ ਹੀ ਲੱਕੀ ਸਮਝਣ, ਠੀਕ ਹੋ ਗਿਆ। ਠੀਕ ਹੈ ਜੀ, ਲਓ ਜੀ, ਹੁਣ ਤੁਹਾਨੂੰ ਕਰਾਉਂਦੇ ਹਾਂ ਨਰ ਦਾ ਸ਼ੌਂਕ ਜੀ। ਲਓ ਜੀ, ਇਹਦੀ ਖਿਡਾਉਣ ਹਸਤਾ ਜੀ, ਫੱਟੀ 'ਤੇ ਛੱਡਿਓ ਇਹਨੂੰ ਜੀ ਜੀ, ਉੱਪਰ ਉੱਪਰ ਛੱਡਿਓ, ਤਾਂ ਜੀ ਲਿਆਓ ਲਿਆਓ ਲਿਆਓ। ਆਹ ਲਓ ਜੀ, ਇਹ ਖਿਡਾਉਣ ਜੀ ਇਹਦੀ ਖੜਤ, ਠੀਕ ਹੈ ਜੀ, ਇਹਦਾ ਵਿਊ ਜੀ ਪੂਰੀ ਦਾ। ਲਓ ਜੀ ਲਓ ਜੀ, ਇਹ ਸ਼ੌਂਕ ਕਰਾਉਣ ਲੱਗੇ ਜੀ ਆਪਣੇ ਤਾਇਆ ਉਸਤਾਦ ਜੀ ਹੋਣੀ। ਹਾਂਜੀ, ਲਓ ਜਨਾਬ, ਕੋਈ ਵੀਰ ਤੇ ਕਹੇਗਾ ਕਮੱਗਰ, ਤੇ ਕੋਈ ਵੀਰ ਕਹੇਗਾ ਗੋਲਡਨ ਕਰੋਸ, ਤੇ ਕੋਈ ਕੁਛ ਕਹੇਗਾ, ਅਸਲ ਮੈਨੇ ਦੇ ਵਿੱਚ ਗੋਲਡਨ ਤੇ ਕਮੱਗਰ ਹੈ ਕੀ, ਸੱਚ ਇਹ ਹੈਗਾ ਜੀ ਕਿ ਇਹ ਕਸੂਰੀ ਪਾਰ ਹੈ। ਅੱਖ ਦਾ ਸ਼ੌਂਕ ਕਰੋ ਜੀ ਇਹਦੀ, ਅੱਖ ਦਾ ਤੇ ਨੋਕ ਦਾ ਸ਼ੌਂਕ ਕਰੋ, ਇਹਨੂੰ ਕਹਿੰਦੇ ਟਮਾਟਰ ਭਖਦੇ ਪਏ ਜੀ, ਕਸੂਰੀ ਪਾਰ ਜੇ, ਤੇ ਵੇਖੋ ਬੈਲੈਂਸ, ਠੀਕ ਹੈ ਜੀ, ਇਹਦੀ ਅੱਖ ਜੇ, ਔਰ ਇਹਦਾ ਇਹ ਪਰ ਪੱਲਾ ਜੇ। ਓਕੇ ਜੀ, ਇਹ ਪਰ ਪੱਲਾ ਜੀ, ਖੋਲੋ ਤਾਂ ਜੀ, ਚਲੋ ਜੀ, ਇਹ ਇਹਦਾ ਪਰ ਕੁੰਦਾ ਜੀ, ਬਗਲ ਵੇਖੋ ਤੇ ਪਰ ਕੁੰਦਾ ਵੇਖੋ ਕਿੰਨਾ ਖੋਲ ਦਿੱਤਾ ਜੀ, ਇਹਨੂੰ ਕਹਿੰਦੇ ਨੇ ਕਸੂਰੀ ਪਰ। ਬਾਕੀ ਸਾਰੇ ਵੀਰ ਬੜੇ ਸਮਝਦਾਰ ਨੇ, ਪੁਰਾਣੇ ਜਿੰਨੇ ਵੀ ਲੈਜੈਂਡ ਟੌਪ ਕਲਾਸ ਪਲੇਅਰ ਨੇ, ਸਾਰੇ ਇਹਦੇ ਪਰ ਕੁੰਦੇ ਤੋਂ ਅੰਦਾਜ਼ਾ ਲਾ ਲੈਣਗੇ ਕਿ ਵਾਕਿਆ ਰਫਤਾਰ ਦਾ ਮਾਲਕ ਆ, ਔਰ ਵਾਕਿਆ ਕਸੂਰੀ ਪਰ ਆ, ਪਿਓਰ ਕਸੂਰੀ ਪਰ, ਇਹਦੇ 'ਚ ਕੋਈ ਕਰੋਸ ਨਹੀਂ ਗਾ, ਜਿਹਨੂੰ ਕਹਿੰਦੇ ਕਸੂਰੀ ਪਰ। ਓਕੇ ਜੀ, ਆਹ ਇਹਦੀ ਬਗਲ ਭਰੀ ਜੇ, ਅਤੇ ਆਹ ਇਹਦਾ ਪਰ, ਓਏ ਓਏ ਕਾਕਾ ਨਾ ਗੁੱਸਾ ਕਰ, ਠੀਕ ਹੈ ਠੀਕ ਹੋ ਗਿਆ ਸਤਾ ਜੀ। ਓਕੇ ਜੀ, ਹਾਂਜੀ ਹਾਂਜੀ, ਆਹ ਇਹਦਾ ਬੈਲੈਂਸ ਜੇ, ਆਹ ਇਹਦਾ ਬੈਲੈਂਸ, ਠੀਕ ਹੈ ਜੀ, ਠੀਕ ਹੈ ਜੀ, ਪੂੰਛ ਥੋੜ੍ਹੀ ਕੱਟ ਦਿੱਤੀ ਹੈ ਮੈਲੀ ਹੁਣ ਕਰਕੇ। ਓਕੇ ਜੀ, ਅਤੇ ਇਹ ਜੇ ਕਸੂਰੀ, ਬਾਕੀ ਇਹਦੀ ਪੂਰੀ ਬਣਤਰ ਵੇਖੋ ਜੀ, ਠੀਕ ਹੈ ਜੀ, ਆਹ ਇਹਦਾ ਫੁੱਲ ਵਿਊ ਲਓ, ਇਹ ਫੁੱਲ ਵਿਊ ਲਓ ਜੀ ਇਹਦਾ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਵੀਰ, ਠੀਕ ਹੈ ਜੀ। ਲਓ ਜੀ ਇਹਦਾ ਫੁੱਲ ਵਿਊ ਜੀ, ਲਓ ਜੀ ਪੂਰੇ ਆਖੇ ਲੱਗਣ ਦਿਆ ਜੀ। ਲਓ ਜੀ ਅੰਦਰ ਛੱਡ ਕੇ ਵਿਖਾਉਂਦੇ ਹਾਂ ਜੀ, ਲਓ ਜੀ ਲਓ
ਲਓ ਜੀ ਇੱਕ ਜੋੜੇ ਦਾ ਤੁਹਾਨੂੰ ਸ਼ੌਂਕ ਕਰਾਤਾ ਜੀ। ਠੀਕ ਹੈ ਜੀ, ਇਹ ਜੋੜਾ ਜੀ ਲਾਈਕ ਕਮੈਂਟ ਕਰਕੇ ਮੇਰੇ ਵੀਰ ਜ਼ਰੂਰ ਦੱਸਿਓ। ਠੀਕ ਹੈ ਜੀ, ਜੋੜਾ ਕਿੱਦਾਂ ਦਾ ਲੱਗਿਆ, ਲੋਫਟ ਕਿੱਦਾਂ ਦਾ ਲੱਗਿਆ ਵੀਰ ਜੀ ਹੁਣਾਂ ਦਾ, ਜਾਲੇ ਕਿੱਦਾਂ ਦੇ ਲੱਗੇ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ, ਅਤੇ ਇਹ ਗੋਲ ਚੱਕਰ ਵੀ ਬਣਾਇਆ ਹੋਇਆ ਜੀ, ਇੱਧਰ ਨਿਸ਼ਾਨੀਆਂ ਲਾਈਆਂ ਹੋਈਆਂ ਵਾ, ਉਡਾਰ ਕਰਕੇ ਆਵੇ ਪਰਿੰਦਾ। ਆਓ ਇੱਧਰ ਆਓ, ਤੁਹਾਨੂੰ ਜਿਹੜੇ ਸਵੇਰੇ ਅਸੀਂ ਟੂਰਨਾਮੈਂਟ 'ਚ ਉਡਾਣ ਲੱਗੇ ਉਹ ਵੀ ਵਿਖਾ। ਠੀਕ ਹੈ ਜੀ, ਜਿਹੜੇ ਆਪਾਂ ਸਵੇਰੇ ਟੂਰਨਾਮੈਂਟ 'ਚ ਉਡਾਣੇ ਨੇ ਪਰਿੰਦੇ, ਉਹ ਵੀ 12-12 ਉੱਡਣੇ ਜੇ ਜੀ, ਇਸ ਛੱਤ ਤੋਂ ਆਪਣੀ ਤੋਂ 12 ਪਰਿੰਦੇ ਉੱਡਣੇ ਜੇ, ਫੜ ਕੇ ਤੇ ਚਲੋ ਆਪਾਂ ਨਹੀਂ ਵਿਖਾ ਸਕਦੇ। ਆਹ ਲਓ ਇਹ ਹੈਗੇ ਜੀ, ਇਹ ਹੁਣੇ ਚੈੱਕ ਕਰਕੇ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਇਹ ਪਰਿੰਦੇ ਜੀ। ਠੀਕ ਹੈ ਜੀ, ਓਕੇ ਹੋ ਗਿਆ ਜੀ। ਹਾਂਜੀ, ਆਹ ਬੈਠੇ ਉੱਪਰ ਵਾਲੇ, ਓਕੇ ਜੀ। ਆਹ ਲਓ ਜੀ, ਠੀਕ ਹੋ ਗਿਆ ਜੀ। ਇਹ ਪਰਿੰਦੇ ਜਿੱਦਾਂ ਕਿ ਵੱਡਾ ਟੂਰਨਾਮੈਂਟ ਉਡਾ ਰਹੇ ਨੇ। ਠੀਕ ਹੈ ਜੀ, ਵੱਡਾ ਟੂਰਨਾਮੈਂਟ ਉਹ ਪੁੱਛਦੇ ਆ, ਵੱਡਾ ਟੂਰਨਾਮੈਂਟ ਕਿਹੜਾ ਵਾ? ਹਾਂਜੀ ਵੀਰ ਜੀ, ਜਿਹੜਾ ਆਪਾਂ ਵੱਡਾ ਟੂਰਨਾਮੈਂਟ ਕੱਲ੍ਹ ਐਂਟਰੀ ਭਰੀ ਹੋਈ, ਜਿਹੜੀ ਪਹਿਲਾਂ ਆਪਾਂ ਕੱਲ੍ਹ ਆਪਣਾ ਵੱਡਾ ਟੂਰਨਾਮੈਂਟ ਉੱਡਦਾ ਪਿਆ, ਜਿੱਦਾਂ ਕਿ ਮੈਂ ਕਿਹਾ 12 ਕਬੂਤਰ ਉੱਡਣੇ ਨੇ, ਉਹ ਵੱਡਾ ਟੂਰਨਾਮੈਂਟ ਕਿਹੜਾ ਵਾ ਜੀ? ਪਹਿਲਾਂ ਤਾਂ ਜੀ ਤੁਹਾਡੇ JDSPB02 ਅਤੇ ਬਾਈਵਾਗਰੋ ਕੋਲੋਂ ਇੱਥੇ ਫੌਜੀ ਸੋਲ ਦੀ ਛੱਤ 'ਤੇ ਪਹੁੰਚਣ 'ਤੇ ਤੁਹਾਡਾ ਸਾਰਿਆਂ ਦਾ ਬੜਾ ਸਵਾਗਤ ਕੀਤਾ ਜਾਂਦਾ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਸਤਿ ਸ਼੍ਰੀ ਅਕਾਲ ਜੀ। ਇਹ ਜੀ ਸੁਪਰ ਇੰਡੀਆ ਕੱਪ ਹੈ ਜਿਹੜਾ ਕੱਲ੍ਹ ਹੋਣ ਜਾ ਰਿਹਾ, ਇਹਦੇ ਵਿੱਚ ਗੁਰਦਾਸਪੁਰੋਂ 3 ਛੱਤਾਂ ਉੱਡਣੀਆਂ ਜੀ। ਇਹ ਠੀਕ ਹੈ ਜੀ, ਅਤੇ ਇਹਦੇ ਵਿੱਚ 12 ਪਰਿੰਦੇ ਉੱਡਣਗੇ। ਇਹ ਠੀਕ ਹੈ, ਉਹਨਾਂ 'ਚ 10 ਕਬੂਤਰਾਂ ਦਾ ਜਿਹੜਾ ਟਾਈਮ ਕਾਊਂਟ ਹੋਏਗਾ, ਇਹਦੇ ਵਿੱਚ ਨੋ ਲਿਮਿਟ ਬਾਰਡਰ ਕੋਈ ਨਹੀਂ ਹੈਗਾ। ਇਹ ਠੀਕ ਹੈ ਜੀ। ਹਾਂਜੀ, ਅਤੇ ਇਹਦਾ ਇੱਕ ਸਟੇਟ ਨਾਜ਼ਮ ਬਣਾਇਆ ਜਾਂਦਾ ਜੀ, ਸਟੇਟ ਦਾ ਜੱਜ ਬਣਾਇਆ ਜਾਂਦਾ, ਉਸ ਤੋਂ ਬਾਅਦ ਡਿਸਟ੍ਰਿਕਟ ਦਾ ਜੱਜ ਬਣਾਇਆ ਜਾਂਦਾ ਵੀ ਜਿਹਦੀ ਅੰਡਰ ਕੰਟਰੋਲ ਏ ਜਾ ਕੇ ਆ ਟੂਰਨਾਮੈਂਟ ਚੱਲਦਾ ਹੈ। ਇਹ ਠੀਕ ਹੈ ਜੀ, ਉਹਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿਸੇ ਬੰਦੇ ਨੂੰ। ਸੋ ਇਸ ਵਾਰ ਕੀ ਆ ਉਹ ਜ਼ਿੰਮੇਵਾਰੀ ਹੈਗੀ ਉਹ ਇਸ ਵਿੱਚ ਕਿੰਨੀਆਂ ਕੁ ਛੱਤਾਂ ਵਾ ਜੀ ਟੋਟਲ? ਇਹਦੇ ਵਿੱਚ ਤੁਸੀਂ ਲਾ ਲਓ ਹਿਸਾਬ ਕਿ 100 ਤੋਂ ਪਲੱਸ ਛੱਤ ਹੈਗੀ ਹੈ। ਓਕੇ, ਹਰ ਡਿਸਟ੍ਰਿਕਟ ਦੀ, ਹਰ ਜ਼ਿਲ੍ਹੇ ਦੀ ਉਹ ਬੰਦਾ ਜਿਹੜੇ ਜਿਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਨਾ, ਉਹ ਆਪਣੀ ਕੀ ਆ ਕੰਟਰੋਲ ਦੇ ਵਿੱਚ ਆਪਣੇ ਜ਼ਿਲ੍ਹੇ ਦੀ ਇੱਕ ਡੇਟ ਫਿਕਸ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ 19 ਤਰੀਕ ਨੂੰ ਉਹ ਟੂਰਨਾਮੈਂਟ ਉੱਡੇਗਾ। ਸੋ ਯੂਪੀ, ਬਿਹਾਰ, ਮਹਾਰਾਸ਼ਟਰ, ਹੋਰ ਵੀ ਜਿੰਨੀਆਂ ਵੀ ਸਟੇਟਾਂ ਹੈਗੀਆਂ ਜੀ, ਦਿੱਲੀ ਪਲੱਸ, ਠੀਕ ਹੈ ਜੀ, ਪਲੱਸ ਜੰਮੂ ਐਂਡ ਕਸ਼ਮੀਰ। ਅਤੇ ਇਹਦੇ ਵਿੱਚ ਕਿੰਨੇ ਇਨਾਮ ਦਿੱਤੇ ਜਾਣੇ ਆ ਜੀ? ਇਹਦੇ ਵਿੱਚ ਵੇਖੋ ਜੀ 5 ਇਨਾਮ ਨੇ ਮੋਟੇ ਜਿਹੜੇ ਮੇਨ ਆ, ਮਤਲਬ ਫਸਟ, ਸੈਕਿੰਡ, ਥਰਡ, ਹਾਂਜੀ ਫਸਟ ਫੋਰਥ ਤੇ ਫਿਫਥ, ਬਿਲਕੁਲ ਹਾਂਜੀ, ਔਰ ਉਹਦੇ ਨਾਲ ਟਰੋਫੀ ਆ। ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਇੱਕ ਹੋਰ ਆਲ ਇੰਡੀਆ ਕੱਪ ਹੈ, ਦੋਨਾਂ ਕੱਪਾਂ ਦੇ ਵਿੱਚ ਸੇਮ ਕਬੂਤਰ ਉੱਡ ਰਹੇ ਆ, ਦੋਨਾਂ ਕੱਪਾਂ ਦੇ ਜਿਹੜੀ ਬੈਸਟ ਐਵਰੇਜ ਹੋਏਗੀ ਦੋਨੇ ਘੰਟੇ, ਦੋਨਾਂ ਕੱਪਾਂ ਦੇ ਘੰਟੇ ਮਿਲਾ ਕੇ ਜਿਹੜਾ ਇੱਕ ਕੀ ਆ ਸਭ ਤੋਂ ਬੈਸਟ ਐਵਰੇਜ ਕੱਢੀ ਜਾਏਗੀ, ਓਕੇ, ਉਹਨੂੰ ਕੀ ਆ ਕਿ ਹਿੰਦ ਕੇਸਰੀ ਦਾ ਅਵਾਰਡ ਪਲੱਸ ਇਨਾਮ ਨਕਦੀ ਪਲੱਸ ਕੱਪ ਦਿੱਤਾ। ਮਤਲਬ ਇਹ ਬਹੁਤ ਵੱਡਾ ਟੂਰਨਾਮੈਂਟ ਉੱਡਦਾ ਪਿਆ ਜੀ, ਇਹ ਜੀ ਹਾਈ ਲੈਵਲ ਦਾ ਕਹਿ ਸਕਦੇ ਆ, ਇੰਡੀਆ ਲੈਵਲ, ਇੰਡੀਆ ਲੈਵਲ ਤੇ। ਆਮ ਨਾਰਮਲ ਅਸੀਂ ਸਟੇਟ ਡਿਸਟ੍ਰਿਕਟ ਲੈਵਲ ਖੇਡਦੇ ਆ, ਜਿਹੜੇ ਪਿੰਡਾਂ ਦੇ ਟੂਰਨਾਮੈਂਟ ਜਿਹਨੂੰ NTC ਬੋਲਦਾਂਗੇ ਆਪਾਂ ਸ਼ਾਰਟ ਫਾਰਮ ਚ, ਬਿਲਕੁਲ ਬਿਲਕੁਲ ਨੈਸ਼ਨਲ ਲੈਵਲ ਦਾ, ਨੈਸ਼ਨਲ ਦਾ, ਹਾਂਜੀ। ਸੋ ਕੱਲ ਇਹ ਉੱਡਣ ਜਾ ਰਿਹਾ, ਬਾਕੀ ਜਿਹੜੀ ਜੋ ਵੀ ਇਹਦੀ ਲਾਈਵ ਅਪਡੇਟ ਹੋਏਗੀ ਉਹ JDSPB02 ਚੈਨਲ ਤੇ ਸਾਰੀ ਅਪਡੇਟ ਉਹਦੀ ਵਿਖਾਈ ਜਾਵੇਗੀ। ਤੇ ਇੱਕ ਵਾਰ ਫੇਰ ਤੋਂ ਦੁਬਾਰਾ ਮੈਂ ਕਹਿਣਾ ਚਾਹੁੰਦਾ ਕਿ JDSPB02 ਚੈਨਲ ਨੂੰ ਸਭ ਤੋਂ ਵੱਧ ਕੀ ਆ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਔਰ ਤੁਹਾਡਾ ਜਿਹੜਾ ਇੱਕ ਲਾਈਕ ਹੈ ਨਾ ਉਹ ਸਾਡੇ ਜਸਦੀਪ ਭਾਜੀ ਹੋਣਾ ਵਾਸਤੇ ਕੀ ਆ ਕਿ ਬਹੁਤ ਜ਼ਿਆਦਾ ਸਪੋਰਟ ਕਰਦਾ ਆ। ਬਿਲਕੁਲ ਜੀ, ਜਿੱਦਾਂ ਕਿ ਵੱਧ ਅੱਗੇ ਕੀ ਆ ਵੀਡੀਓ ਬਣਾ ਬਣਾ ਕੇ ਤੁਹਾਨੂੰ ਸ਼ੌਂਕ ਕਰਵਾਉਂਦੇ ਆ, ਨੌਲੇਜ ਦਿੰਦੇ ਆ। ਸੋਲ ਸਾਹਿਬ ਨੇ ਤੁਹਾਨੂੰ ਕਿਹਾ ਵਾ, ਠੀਕ ਹੈ ਜੀ, ਅਤੇ ਆਪਾਂ ਸਾਰੇ ਪਰਿੰਦਿਆਂ ਦਾ ਜੋ ਵੀ ਲੈਂਡਿੰਗ ਪਰਿੰਦੇ ਹੋਣਗੇ ਵੀਡੀਓ ਲਾਵਾਂਗੇ ਆਪਾਂ। ਠੀਕ ਹੈ ਜੀ,
ਵੀਡੀਓ ਲਾਵਾਂਗੇ ਆਪਣੇ ਚੈਨਲ 'ਤੇ, ਜਿੰਨੇ ਜਿੱਦਾਂ ਜਿੱਦਾਂ ਵੀ ਪਰਿੰਦੇ ਬੈਠਣਗੇ ਇਸ ਛੱਤ 'ਤੇ। ਠੀਕ ਹੈ ਜੀ, 99 ਛੱਤਾਂ ਹੋਰ ਆ, ਜੇ ਮੌਕਾ ਮਿਲਿਆ ਤਾਂ ਉਹਨਾਂ ਦੀ ਛੱਤਾਂ 'ਤੇ ਵੀ ਜਾਵਾਂਗੇ ਨੈਕਸਟ ਸਾਲ। ਲੇਕਿਨ ਐਤਕੀ ਸਾਲ ਆਪਣੇ ਚੈਨਲ ਦੇ ਥਰੂ ਸਾਰੀ ਵੀਡੀਓ ਇਸ ਚੈਨਲ 'ਤੇ ਲਾਵਾਂਗੇ, ਜਿੱਦਾਂ ਜਿੱਦਾਂ ਪਰਿੰਦੇ ਲੈਂਡ ਕਰਨਗੇ, ਬੈਠਣਗੇ, ਟਾਈਮਿੰਗ ਦੇਣਗੇ। ਠੀਕ ਹੈ ਜੀ। ਇਹ ਤਾਇਆ ਉਸਤਾਦ ਜੀ ਇੱਕ ਕਬੂਤਰ ਕੱਢ ਕੇ ਲਿਆਏ ਜੀ, ਆਹ ਜਿਹੜਾ ਤੁਹਾਨੂੰ ਚਿੱਟੇ ਮੱਥੇ ਵਾਲਾ ਜ਼ਿਆਦਾ ਪਸੰਦ ਨਾ, ਜਿਹੜੇ 35 ਵਾਲੇ ਨੇ। ਹਾਂਜੀ ਹਾਂਜੀ ਹਾਂਜੀ, ਸਾਡਾ ਫੇਵਰੇਟ ਕਬੂਤਰ ਆ ਉਸਤਾਦ ਜੀ। ਚੂਹੇ ਜਾਣਗੇ 35 ਵਾਲੇ ਜਾਣਗੇ, 35 ਵਾਲਿਆਂ ਚ ਜੀ। ਲਓ ਜੀ, ਹਾਂਜੀ 35 ਵਾਲੇ। ਹਾਂਜੀ, ਇਹਦੇ ਚ 99% 35 ਵਾਲਾ ਪਾਰ ਹੈਗਾ ਜੀ। ਓਕੇ ਜੀ, ਪੱਲਾ ਵੀ ਪੂਰਾ ਖੋਲਤਾ ਜੀ, ਬਗਲ ਵੀ ਚੜੀ ਹੋਈ ਜੀ ਅੰਗੂਠੇ ਤੇ, ਤੇ ਸਿਆਣਫ ਤੇ ਉਡਾਰ ਤੁਸੀਂ ਵੇਖ ਸਕਦੇ ਜੀ। ਔਰ ਰਿਜ਼ਲਟ ਵੀ ਲਿਆ ਇਸ ਵਾਰ ਸਾਡੇ ਵੀਰ ਮੇਰੇ ਆ ਛੋਟੇ ਵੀਰ ਸਰਦਾਰ ਜਤਿੰਦਰ ਸਿੰਘ ਜੀ ਸੋਹਲ ਸਾਹਿਬ। ਹਾਂਜੀ, ਤਾਜੀ ਦੀ ਅੱਖ ਦਾ ਸ਼ੌਂਕ ਰਹੇ, ਕਿਸੇ ਘਰੇਲੂ ਪ੍ਰੋਬਲਮ ਕਰਕੇ ਨਾ, ਦਿੱਕਤ ਕਰਕੇ, ਪਰੇਸ਼ਾਨੀ ਕਰਕੇ ਨਹੀਂ ਟਾਈਮ ਦਿੱਤਾ ਗਿਆ। ਬਾਕੀ ਮੈਂ ਪੂਰੇ ਗੁਰਦਾਸਪੁਰ ਦੇ ਸੀਨੀਅਰ ਉਸਤਾਦਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਰ ਹੋਣਾ ਨਾਲ ਸ਼ੌਂਕ ਕੀਤਾ, ਕਰਾਇਆ, ਔਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦਾ ਸੰਯੋਗ ਪਿਆਰ ਬਣਿਆ ਰਹੇ। ਠੀਕ ਹੈ ਜੀ, ਪੂਰੇ ਗੁਰਦਾਸਪੁਰ ਦੇ ਜਿੰਨੇ ਸੀਨੀਅਰ ਕਮੇਟੀ ਮੈਂਬਰ ਨੇ ਸਾਰਿਆਂ ਦਾ ਮੈਂ ਮਾਣਯੋਗ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਕਰਦਾ। ਆਸ਼ੂ ਸੁਲਤਾਨਵਿੰਡ ਬਾਜਵਾ ਗਰੁੱਪ ਵੱਲੋਂ ਅੰਮ੍ਰਿਤਸਰ ਤੋਂ ਬਹੁਤ ਬਹੁਤ ਧੰਨਵਾਦ ਸਾਰਿਆਂ ਉਸਤਾਦਾਂ ਦਾ, ਸਾਰੇ ਮੈਂਬਰਾਂ ਦਾ, ਕਮੇਟੀ ਮੈਂਬਰਾਂ ਦਾ, ਸਾਰੇ ਸੀਨੀਅਰ ਉਸਤਾਦਾਂ ਦਾ ਜਿਨ੍ਹਾਂ ਨੇ ਸਾਡੇ ਭਰਾ, ਠੀਕ ਹੈ ਜੀ, ਸਾਡੀ ਭੂਆ ਜੀ ਦੇ ਬੇਟੇ, ਸਾਡੇ ਛੋਟੇ ਭਰਾ ਨੂੰ ਸਪੋਰਟ ਕੀਤੀ ਔਰ ਇਹਨਾਂ ਨੂੰ 2 ਟੂਰਨਾਮੈਂਟ ਉਡਾਉਣ ਦਾ ਮੌਕਾ ਦਿੱਤਾ। ਔਰ ਆਉਣ ਵਾਲੇ ਸੀਜ਼ਨ ਦੇ ਵਿੱਚ ਅੱਗੋਂ ਤੋਂ ਵੀ ਜਿੰਨਾ ਵੀ ਇਹਨਾਂ ਕੋਲ ਵੱਧ ਤੋਂ ਵੱਧ ਟਾਈਮ ਹੋਏਗਾ, 3 ਟੂਰਨਾਮੈਂਟ, 4 ਟੂਰਨਾਮੈਂਟ, 5 ਟੂਰਨਾਮੈਂਟ, ਜਿੰਨਾ ਵੱਧ ਤੋਂ ਵੱਧ ਟਾਈਮ ਹੋਏਗਾ ਛੁੱਟੀ ਮੁਤਾਬਿਕ ਇਹ ਉਡਾਉਣਗੇ। ਔਰ ਵਾਹਿਗੁਰੂ ਚੜ੍ਹਦੀਆਂ ਕਲਾ 'ਚ ਰੱਖੇ ਸਾਰਿਆਂ ਭਰਾਵਾਂ ਨੂੰ, ਸਾਡੇ ਵੀਰ ਨੂੰ, ਅਤੇ ਅੱਛਾ ਰਿਜ਼ਲਟ ਕੱਢਾਂਗੇ ਇਸ ਵਾਰ। ਸਾਡੇ ਕਬੂਤਰਾਂ ਨੂੰ ਵਾਇਰਸ ਆਉਣ ਕਰਕੇ ਸਾਰੇ ਵੀਰਾਂ ਨੂੰ ਗਵਾਹ ਹੈਗੇ ਨੇ, ਸਾਰੇ ਵੀਰ ਜਿੰਨੇ ਭਰਾ ਸਾਨੂੰ ਜਾਣਨ ਵਾਲੇ ਨੇ, ਇੰਨੇ ਕੁ ਜ਼ਿਆਦਾ ਵਾਇਰਸ 'ਚ ਆ ਗਏ ਸੀ ਕਬੂਤਰ ਕਿ ਹਜੇ ਤੱਕ ਕੁਛ ਕਬੂਤਰ ਮੇਰੇ ਕੋਲ ਪਏ ਨੇ ਇੱਥੇ ਜਿਹੜੇ ਵਾਇਰਸ 'ਚ ਆਏ ਦੇ ਨੇ। ਬੜੀ ਮੁਸ਼ਕਲ ਨਾਲ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਸਪੋਰਟ ਦਿੱਤੀ ਹੈ ਕਬੂਤਰਾਂ ਨੂੰ, ਅਤੇ ਰੱਬ ਦੀ ਮਿਹਰ ਨਾਲ ਬਚੇ ਨੇ। ਅਤੇ ਫਿਰ ਵੀ ਚਲੋ ਅੱਛਾ ਸੌਂਗ ਕਰ ਰਹੇ ਹਾਂ, ਆਪਣਾ ਟਾਈਮ ਪਾਸ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਵਾਹਿਗੁਰੂ ਮਿਹਰ ਕਰੇ ਵਧੀਆ ਪਰਫੋਰਮੈਂਸ ਲੈ ਕੇ ਆਵਾਂਗੇ। ਅੱਛੀ ਕੋਸ਼ਿਸ਼ ਕਰਾਂਗੇ, ਪਰਫੋਰਮੈਂਸ ਅੱਛੀ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਬਾਕੀ ਜੋ ਮਾਲਕ ਨੂੰ ਭਾਵੇ। ਬਿਲਕੁਲ ਜੀ, ਠੀਕ ਹੈ ਜੀ। ਤੁਹਾਡੇ ਇੱਕ ਲਾਈਕ ਦੇ ਨਾਲ, ਇੱਕ ਸਬਸਕ੍ਰਾਈਬ ਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਤੋਂ ਵਧੀਆ ਵੀਡੀਓ ਵੇਖਣ ਨੂੰ ਮਿਲਣਗੀਆਂ ਵੀਰ ਜੀ। ਸੋ ਪਲੀਜ਼ ਇੱਕ ਲਾਈਕ ਤੇ ਇੱਕ ਸਬਸਕ੍ਰਾਈਬ। ਠੀਕ ਹੈ ਵੀਰ ਜੀ, ਅਗਲੀ ਵੀਡੀਓ 'ਚ ਜਲਦ ਮਿਲਾਂਗੇ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।